ਬਹੁਤ ਹੀ ਭਿਆਨਕ ਹਾਦਸਾ ਹੋਇਆ ਹੈ। ਕੁੜੀ ਦੇ ਜਨਮ ਦਿਨ ਮੌਕੇ ਓਵਰ ਸਪੀਡਿੰਗ ਕਰ ਰਹੇ ਸੀ ਇਹ ਸਾਰੇ, ਤਾਂ ਦੇਖੋ ਕਿਵੇਂ ਗੱਡੀ ਖਿਲਰ ਗਈ, ਪੂਰੀ ਚਕਨਾ ਚੂਰ ਹੋ ਗਈ ਹੈ ਗੱਡੀ, ਟਾਇਰ ਕਿਤੇ ਨੇ, ਗੱਡੀ ਕਿਤੇ ਹੈ, ਅਤੇ ਨੌਜਵਾਨ ਜਿਹੜੇ ਅੰਦਰ ਇਸਦੇ ਸਵਾਰ ਸੀ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੋਇਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਰਾਜੀਵ ਚੌਂਕ ਦੇ ਅੰਡਰਪਾਸ ਦੇ ਵਿੱਚ ਵੱਡਾ ਹਾਦਸਾ ਹੋਇਆ ਹੈ। ਨੌਜਵਾਨ ਮੁੰਡੇ ਕੁੜੀਆਂ ਇਸ ਦੇ ਵਿੱਚ ਸਵਾਰ ਸੀ। ਦੱਸਦੀ ਹੈ ਕਿ 3 ਕੁੜੀਆਂ ਸਮੇਤ 5 ਲੋਕ ਜ਼ਖਮੀ ਹੋਏ ਨੇ, 2 ਨੌਜਵਾਨ ਦੱਸੇ ਜਾ ਰਹੇ ਨੇ ਅਤੇ 3 ਕੁੜੀਆਂ ਦੱਸੀਆਂ ਜਾ ਰਹੀਆਂ ਨੇ। ਤਾਂ 5 ਜ਼ਖਮੀ ਹੋ ਗਏ ਨੇ ਬੁਰੀ ਤਰੀਕੇ ਦੇ ਨਾਲ। ਇੱਕ ਕਾਰਡ ਵੀ ਮਿਲਿਆ ਹੈ ਜਿਸ ਦੇ ਵਿੱਚ ਬਰਥਡੇ ਵਿਸ਼ ਲਿਖੀ ਹੋਈ ਹੈ, ਕੁੜੀ ਦੀ ਫੋਟੋ ਹੈ ਅਤੇ 19ਵਾਂ ਬਰਥਡੇ ਉਸਦਾ ਦੱਸਿਆ ਜਾ ਰਿਹਾ। ਤਾਂ ਦੱਸਦੀ ਹੈ ਕਿ ਸੋਹਣਾ ਤੋਂ ਆਉਣ ਵਾਲੀ ਇਹ ਸਕੋਰਪੀਓ ਗੱਡੀ ਕਾਫੀ ਰਫਤਾਰ ਦੇ ਵਿੱਚ ਸੀ, ਅਚਾਨਕ ਡਿਸਬੈਲੈਂਸ ਹੁੰਦਾ ਹੈ ਅਤੇ ਪਲਟੀਆਂ ਖਾ ਜਾਂਦੀ ਆ। ਪਲਟੀਆਂ ਖਾਣ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿ ਗੱਡੀ ਦਾ ਹਾਲ ਕੀ ਹੋਇਆ, ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਗੱਡੀ, ਚਕਨਾ ਚੂਰ ਹੋ ਗਈ ਹੈ, ਟਾਇਰ ਕਿਤੇ ਨੇ, ਗੱਡੀ ਕਿਤੇ ਹੈ, ਬੋਨਟ ਕਿਤੇ ਹੈ। ਤਾਂ ਬਹੁਤ ਹੀ ਮੰਦਭਾਗੀ ਖਬਰ ਹੈ, ਦਿੱਲੀ ਦੇ ਨੇੜਿਓਂ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਰਾਜੀਵ ਚੌਂਕ ਅੰਡਰਪਾਸ ਕਾਫੀ ਮਸ਼ਹੂਰ ਅੰਡਰਪਾਸ ਹੈ। ਇੱਥੇ ਕਾਫੀ ਸੁਪਰ ਬਾਈਕਸ ਵਾਲੇ ਆਪਣੀ ਸੁਪਰ ਬਾਈਕਸ ਲੈ ਕੇ ਆਉਂਦੇ ਨੇ, ਤੇਜ਼ ਰਫਤਾਰ ਦੇ ਨਾਲ ਗੱਡੀਆਂ ਮੋਟਰਸਾਈਕਲਾਂ ਚਲਾਉਂਦੇ ਨੇ। ਤਾਂ ਇਸੇ ਤਰੀਕੇ ਦੇ ਨਾਲ ਇਹ ਨੌਜਵਾਨ ਵੀ ਮੁੰਡੇ ਕੁੜੀਆਂ ਜਿਹੜੇ ਨੇ ਇਹ ਓਵਰ ਸਪੀਡਿੰਗ ਕਰ ਰਹੇ ਸੀ, ਅਚਾਨਕ ਡਿਸਬੈਲੈਂਸ ਹੁੰਦਾ ਹੈ, ਗੱਡੀ ਦੇ ਟਾਇਰ ਨਿਕਲ ਜਾਂਦੇ ਨੇ, ਜਿਸ ਕਰਕੇ ਐਡਾ ਭਿਆਨਕ ਹਾਦਸਾ ਹੋਇਆ ਹੈ। ਤਾਂ ਮੌਕੇ 'ਤੇ ਲੋਕ ਇਕੱਠੇ ਹੋਏ ਨੇ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲੇ ਕਿਸੇ ਦੀ ਵੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ। ਹਾਲਾਂਕਿ 2 ਜਿਹੜੇ ਨੌਜਵਾਨ ਮੁੰਡੇ ਸੀ ਉਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਨੇ, ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਤਾਂ ਵੱਡੀ ਖਬਰ ਹੈ, ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੁੜੀ ਦੇ ਜਨਮ ਦਿਨ ਮੌਕੇ ਓਵਰ ਸਪੀਡਿੰਗ ਕਰ ਰਹੇ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ। ਤਾਂ ਬਹੁਤ ਹੀ ਭਿਆਨਕ ਹਾਦਸਾ ਹੋਇਆ ਹੈ, ਕੁੜੀ ਦੇ ਜਨਮ ਦਿਨ ਮੌਕੇ ਓਵਰ ਸਪੀਡਿੰਗ ਕਰ ਰਹੇ ਸੀ ਇਹ ਸਾਰੇ, ਤਾਂ ਦੇਖੋ ਕਿਵੇਂ ਗੱਡੀ ਖਿਲਰ ਗਈ, ਪੂਰੀ ਚਕਨਾ ਚੂਰ ਹੋ ਗਈ ਹੈ ਗੱਡੀ, ਟਾਇਰ ਕਿਤੇ ਨੇ, ਗੱਡੀ ਕਿਤੇ ਹੈ, ਅਤੇ ਨੌਜਵਾਨ ਜਿਹੜੇ ਅੰਦਰ ਇਸਦੇ ਸਵਾਰ ਸੀ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੋਇਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਰਾਜੀਵ ਚੌਂਕ ਦੇ ਅੰਡਰਪਾਸ ਦੇ ਵਿੱਚ ਵੱਡਾ ਹਾਦਸਾ ਹੋਇਆ ਹੈ। ਨੌਜਵਾਨ ਮੁੰਡੇ ਕੁੜੀਆਂ ਇਸ ਦੇ ਵਿੱਚ ਸਵਾਰ ਸੀ। ਦੱਸਦੀ ਹੈ ਕਿ 3 ਕੁੜੀਆਂ ਸਮੇਤ 5 ਲੋਕ ਜ਼ਖਮੀ ਹੋਏ ਨੇ, 2 ਨੌਜਵਾਨ ਦੱਸੇ ਜਾ ਰਹੇ ਨੇ ਅਤੇ 3 ਕੁੜੀਆਂ ਦੱਸੀਆਂ ਜਾ ਰਹੀਆਂ ਨੇ। ਤਾਂ 5 ਜ਼ਖਮੀ ਹੋ ਗਏ ਨੇ ਬੁਰੀ ਤਰੀਕੇ ਦੇ ਨਾਲ। ਇੱਕ ਕਾਰਡ ਵੀ ਮਿਲਿਆ ਹੈ ਜਿਸ ਦੇ ਵਿੱਚ ਬਰਥਡੇ ਵਿਸ਼ ਲਿਖੀ ਹੋਈ ਹੈ, ਕੁੜੀ ਦੀ ਫੋਟੋ ਹੈ ਅਤੇ 19ਵਾਂ ਬਰਥਡੇ ਉਸਦਾ ਦੱਸਿਆ ਜਾ ਰਿਹਾ। ਤਾਂ ਦੱਸਦੀ ਹੈ ਕਿ ਸੋਹਣਾ ਤੋਂ ਆਉਣ ਵਾਲੀ ਇਹ ਸਕੋਰਪੀਓ ਗੱਡੀ ਕਾਫੀ ਰਫਤਾਰ ਦੇ ਵਿੱਚ ਸੀ, ਅਚਾਨਕ ਡਿਸਬੈਲੈਂਸ ਹੁੰਦਾ ਹੈ ਅਤੇ ਪਲਟੀਆਂ ਖਾ ਜਾਂਦੀ ਆ। ਪਲਟੀਆਂ ਖਾਣ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿ ਗੱਡੀ ਦਾ ਹਾਲ ਕੀ ਹੋਇਆ, ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਗੱਡੀ, ਚਕਨਾ ਚੂਰ ਹੋ ਗਈ ਹੈ, ਟਾਇਰ ਕਿਤੇ ਨੇ, ਗੱਡੀ ਕਿਤੇ ਹੈ, ਬੋਨਟ ਕਿਤੇ ਹੈ। ਤਾਂ ਬਹੁਤ ਹੀ ਮੰਦਭਾਗੀ ਖਬਰ ਹੈ, ਦਿੱਲੀ ਦੇ ਨੇੜਿਓਂ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਰਾਜੀਵ ਚੌਂਕ ਅੰਡਰਪਾਸ ਕਾਫੀ ਮਸ਼ਹੂਰ ਅੰਡਰਪਾਸ ਹੈ। ਇੱਥੇ ਕਾਫੀ ਸੁਪਰ ਬਾਈਕਸ ਵਾਲੇ ਆਪਣੀ ਸੁਪਰ ਬਾਈਕਸ ਲੈ ਕੇ ਆਉਂਦੇ ਨੇ, ਤੇਜ਼ ਰਫਤਾਰ ਦੇ ਨਾਲ ਗੱਡੀਆਂ ਮੋਟਰਸਾਈਕਲਾਂ ਚਲਾਉਂਦੇ ਨੇ। ਤਾਂ ਇਸੇ ਤਰੀਕੇ ਦੇ ਨਾਲ ਇਹ ਨੌਜਵਾਨ ਵੀ ਮੁੰਡੇ ਕੁੜੀਆਂ ਜਿਹੜੇ ਨੇ ਇਹ ਓਵਰ ਸਪੀਡਿੰਗ ਕਰ ਰਹੇ ਸੀ, ਅਚਾਨਕ ਡਿਸਬੈਲੈਂਸ ਹੁੰਦਾ ਹੈ, ਗੱਡੀ ਦੇ ਟਾਇਰ ਨਿਕਲ ਜਾਂਦੇ ਨੇ, ਜਿਸ ਕਰਕੇ ਐਡਾ ਭਿਆਨਕ ਹਾਦਸਾ ਹੋਇਆ ਹੈ। ਤਾਂ ਮੌਕੇ 'ਤੇ ਲੋਕ ਇਕੱਠੇ ਹੋਏ ਨੇ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲੇ ਕਿਸੇ ਦੀ ਵੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ। ਹਾਲਾਂਕਿ 2 ਜਿਹੜੇ ਨੌਜਵਾਨ ਮੁੰਡੇ ਸੀ ਉਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਨੇ, ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਤਾਂ ਵੱਡੀ ਖਬਰ ਹੈ, ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੁੜੀ ਦੇ ਜਨਮ ਦਿਨ ਮੌਕੇ ਓਵਰ ਸਪੀਡਿੰਗ ਕਰ ਰਹੇ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ।